ਸਤਿਗੁਰ ਦੀ ਬਚਨ ਨਵਾਂ ਸ਼ਬਦ ਪਹਿਲਾ ਤਨ 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 ਪਿਆਰੇ ਕਿਆ ਕਹੂੰ ਮਾ ਸ਼ਵਦ ਕੀ ਤਨ 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 ਪਿਆਰੇ ਕਿਆ ਕਹੂੰ ਮਹਿਮਾਸ਼ਵਦ ਕੀ ਸੰਤ ਮਹਾਤਮਾ ਮਾਲਕ ਦੇ ਪਿਆਰੇ ਨਾ ਤਾਂ ਕੋਈ ਪਹਿਲਾ ਕਿਸੇ ਕੋਈ ਸਮਾਜ ਤੋੜਨ ਵਾਸਤੇ ਆਉਂਦੇ ਆ ਨਾ ਕੋਈ ਨਿਆ ਖੜਾ ਕਰਨ ਵਾਸਤੇ ਆਉਂਦੇ ਹੈ ਮਹਾਤਮਾ ਦੀ ਤਾਲੀਮ ਤਾਂ ਸ਼ਬਦ ਨਾਮ ਦੀ ਮਹਿਮਾ ਕਰਨਾ ਹੈ ਕਿਉਂਕਿ ਸਾਡੀ ਆਤਮਾ ਉਸ ਸ਼ਬਦ ਤੋਂ ਵਿਛੜ ਕੇ ਮਨ ਔਰ ਮਾਇਆ ਦੇ ਜਾਲ ਦੇ ਵਿੱਚ ਫਸ ਗਈ ਹੈ ਆਪਣੇ ਆਪ ਨੂੰ ਭੁੱਲ ਗਈ ਆਪਣੇ ਕਰ ਨੂੰ ਭੁੱਲ ਗਈ ਜਦ ਦੇ ਵੀ ਸਾਡੇ ਮਨ ਔਰ ਆਤਮਾ ਆਪਣੇ ਘਰ ਤੋਂ ਭੁੱਲੇ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਕਦੇ ਸ਼ਾਂਤੀ ਮਹਿਸੂਸ ਨਹੀਂ ਕੀਤੀ ਗਈ ਔਰ ਨਾ ਕਰੀ ਸਕਦੇ ਹੈ ਸਾਨੂੰ ਪਤਾ ਹੈ ਕਿ ਦੁਨੀਆ ਨੇ ਬੜੀ ਤਰੱਕੀ ਕੀਤੀ ਹੈ ਸੈਂਸ ਦੇ ਅੰਦਰ ਲੇਕਿਨ ਤੇ ਵੀ ਸਾਨੂੰ ਪਤਾ ਹੈ ਕਿ ਬੇਸ਼ੱਕ ਅਸੀਂ ਬਾਰੀ ਤੌਰ ਦੇ ਉਤੇ ਕਿੰਨੀ ਅੱਛੀ ਤਰੱਕੀ ਕਰ ਲਈ ਹੈ ਲੇਕਿਨ ਮਨ ਸਾਡਾ ਫੇਰ ਵੀ ਪਰੇਸ਼ਾਨ ਹੈ। ਔਰ ਹਰ ਆਦਮੀ ਕੁਟਣ ਮਹਿਸੂਸ ਕਰ ਰਿਹਾ ਹੈ। ਕੋਈ ਸ਼ਾਂਤ ਨਜ਼ਰ ਦੇ ਵਿੱਚ ਨਹੀਂ ਆ ਰਿਹਾ ਗਿਆ। ਪਤਾ ਹੀ ਹੈ ਸਾਨੂੰ ਕਿ ਸਾਰੇ ਦੁਨੀਆ ਦੇ ਅੰਦਰ ਹੀ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਕਿਸ ਤਰ੍ਹਾਂ ਪਰੇਸ਼ਾਨੀ ਫੈਲੀ ਹੋਈ ਹੈ ਕਿਸ ਤਰ੍ਹਾਂ ਅਸ਼ਾਂਤੀ ਫੈਲੀ ਹੋਈ ਹੈ। ਤੋਂ ਮਹਾਤਮਾ ਸਾਨੂੰ ਦੱਸਦੇ ਐ ਅਗਰ ਸੁੱਖ ਹੈ ਜਾਂ ਸ਼ਾਂਤੀ ਹੈ ਉਹ ਸਾਨੂੰ ਆਪਣੇ ਘਰ ਵਾਪਸ ਸਤਿਖੰਡ ਕਿਉਂ ਉਹ ਸ਼ਬਦ ਜਤੋਂ ਆਤਮਾ ਸਾਡੀ ਵਿਛੜੀ ਐ ਉਹਦੇ ਨਾਲ ਮਿਲਉਣ ਦੇ ਵਿੱਚ ਹੀ ਹੈ ਜੋ ਸਾਰੇ ਜਗਤ ਨੂੰ ਆਧਾਰ ਦੇ ਹੀ ਖੜੀ ਹੈ ਜਾਂ ਪੈਦਾ ਕਰਦੀ ਹੈ ਜਾਂ ਲੈ ਕਰਦੀ ਹੈ ਉਸ ਨੂੰ ਮਹਾਤਮਾ ਤਾਕਤ ਨੂੰ ਸ਼ਬਦ ਕਹਿੰਦੇ ਹੈ ਉਹ ਪ੍ਰਮਾਤਮਾ ਸਮੁੰਦਰ ਹੈ ਸ਼ਬਦ ਉਸ ਦੀ ਲਹਿਰ ਹੈ ਬੂੰਦ ਉਸ ਦੀ ਆਤਮਾ ਹੈ ਸਾਨੂੰ ਪਤਾ ਹੀ ਹੈ ਕਿ ਸਮੁੰਦਰ ਵੀ ਪਾਣੀ ਹੈ ਲਹਿਰ ਵੀ ਪਾਣੀ ਹੈ ਔਰ ਬੂੰਦ ਜੋ ਹੈ ਉਹ ਵੀ ਪਾਣੀ ਹੈ ਤੋ ਫਰਕ ਹੈ ਤਾਂ ਸਿਰਫ ਵਿਛੋੜੇ ਦਾ ਹੈ ਉਹ ਉਤਨਾ ਚਿਰੀ ਬੂੰਦ ਕਹੋਂਦੀ ਹੈ ਸਾਡੀ ਆਤਮਾ ਜਿੰਨਾ ਚਿਰ ਉਸ ਸ਼ਮੁੰਦਰ ਤੋਂ ਪਰਮਾਤਮਾ ਤੋਂ ਸ਼ਬਦ ਤੋਂ ਵਿਛੜੀ ਹੋਈ ਹੈ ਮਹਾਤਮਾ ਦਾ ਮਿਸ਼ਨ ਇਸ ਸੰਸਾਰ ਦੇ ਵਿੱਚ ਕੇਵਲ ਇਤਨੇ ਹੀ ਹੁੰਦਾ ਹੈ ਕਿ ਜਿੰਨੀਆਂ ਵਦ ਤੋਂ ਵਦ ਆਤਮਾ ਉਸ ਪਰਮਾਤਮਾ ਨਾਲ ਜੋੜੀਆਂ ਜਾਣ ਆਪਣੇ ਘਰੇ ਪਹੁੰਚ ਜਾਣ ਆਪਣੇ ਅੰਦਰ ਉਹ ਸ਼ਾਂਤੀ ਮਹਿਸੂਸ ਕਰਨ ਤੋ ਸਵਾਮੀ ਜੀ ਮਹਾਰਾਜ ਕਹਿੰਦੇ ਆ ਅਸੀਂ ਉਸ ਸ਼ਬਦ ਦੀ ਮਹਿਮਾ ਬਿਆਨ ਨਹੀਂ ਕਰ ਸਕਦੇਗੇ ਕਿਉਂਕਿ ਉਹ ਕਿਸੇ ਪੰਜਾਬੀ ਚ ਉਹ ਨਹੀਂ ਲਿਖਿਆ ਜਾਂਦਾ ਹਿੰਦੀ ਚ ਉਹ ਨਹੀਂ ਲਿਖਿਆ ਜਾਂਦਾ ਅੰਗਰੇਜ਼ੀ ਚ ਉਹ ਨਹੀਂ ਲਿਖਿਆ ਜਾਂਦਾਗਾ ਹੋਰ ਕਿਸੇ ਵੀ ਭਾਸ਼ਾ ਦੇ ਅੰਦਰੋਂ ਲਿਖਿਆ ਨਹੀਂ ਜਾਂਦਾ ਉਹ ਬਿਨਾ ਲਿਖਿਆ ਕਾਨੂੰਨ ਹੈ ਬਿਨਾ ਬੋਲੀ ਭਾਸ਼ਾ ਹੈ ਬੇਦ ਕਤੇਬ ਉਹਦੀ ਮਹਿਮਾ ਬਿਆਨ ਕਰਦੀਆਂ ਹੈ ਜਿਆਦਾ ਸੀ ਪੜਦੇ ਹਨ ਲੇਕਿਨ ਉਹ ਸਾਨੂੰ ਦਿੰਦੀਆਂ ਕੁਛ ਨਹੀਂ ਜਦ ਸਵਾਲ ਕਰੀਏ ਦਿਓ ਤਾਂ ਉਹ ਇਹ ਹੀ ਕਹਿੰਨੀ ਆ ਕਿ ਤੁਹਾਡੇ ਅੰਦਰ ਹੈ ਬੁੱਲੇ ਸ਼ਾ ਬੜਾ ਆਲਮ ਫਾਜ਼ਰ ਸੀ 40 ਸਾਲ ਲਾਹੌਰ ਦੀ ਨਸੀਬ ਦਾ ਕਾਜ਼ੀ ਰਿਆ ਇੱਥੋਂ ਤੱਕ ਉਹਦਾ ਪਿਤਾ ਵੀ ਰਹਾ ਜਦ ਕਿਸੇ ਅਨੈਤ ਸ਼ਾ ਦੇ ਸੇਵਕ ਨਾਲ ਉਸ ਦਾ ਮਲਾਪ ਹੋਇਆ ਉਹ ਕਹਿਣ ਲੱਗਿਆ ਕਿ ਮੀਆਂ ਕਿਉਂ ਰੋਜ਼ ਬਾਗਾਂ ਦੇ ਦੇ ਕੇ ਸੰਘ ਅੜਾਉਣਾ ਹੈ ਤੂੰ ਜਾਣ ਐਤਸ਼ਾਦੇ ਕੋਲੇ ਤੇਰੀਆਂ ਅੰਦਰ ਲੀਆਂ ਉਹ ਅੰਦਰਲੀ ਮੋਹਰ ਪੱਟੇ ਤੇਰੇ ਅੰਦਰਲੇ ਕੰਨ ਖੋਲੇ ਤੈਨੂੰ ਫਿਰ ਪਤਾ ਲੱਗੇਗਾ ਕਿ ਉਹ ਖੁਦਾ ਕਿਸ ਤਰ੍ਹਾਂ ਅੰਦਰ ਬੈਠਾ ਹੈ ਕਿਸ ਤਰ੍ਹਾਂ ਮਿਲਦਾ ਹੈ ਜਦੋਂ ਬੁੱਲੇ ਸ਼ਾ ਕਲਮੇ ਦੇ ਨਾਲ ਜੁੜ ਕੇ ਕਲਮਾ ਲੈ ਕੇ ਨੈਤਸ਼ਾ ਤੋਂ ਘਰੇ ਆਇਆ ਦਿਲ ਦੇ ਵਿੱਚ ਖਿਆਲ ਆਇਆ ਕਿ ਮੈਂ 40 ਸਾਲ ਇਨ੍ਹਾਂ ਕਿਤਾਬਾਂ ਨੂੰ ਪੂਜਦਾ ਰਿਹਾ ਇਨ੍ਹਾਂ ਕਿਤਾਬਾਂ ਨੂੰ ਪੜਦਾ ਰਿਹਾ ਅਫਸੋਸ ਹੈ ਘਰ ਮੇਰਾ ਨੈਤਸ਼ਾ ਤੋਂ ਪੂਰਾ ਹੋਇਆ ਇਹਨਾਂ ਨੂੰ ਕੀ ਸਜ਼ਾ ਦੇਵਾਂ ਉਹਨੇ ਚੌਂਕੀ ਦੇ ਥੱਲੇ ਚੋਹਾ ਪਾਵਾਂ ਦੇ ਚਾਰੇ ਕਿਤੇ ਬਾਹਰ ਰੱਖ ਕੇ ਉੱਤੇ ਬਹਿ ਗਿਆ ਜਦ ਸ਼ਰਧ ਦੇ پابੰਦ ਲੋਕਾਂ ਨੂੰ ਪਤਾ ਲੱਗਿਆ ਕਿ ਬੁੱਲੇ ਨੇ ਅੱਜ ਇਸ ਤਰ੍ਹਾਂ ਕੀਤਾ ਹੈ ਕਿਤਾਬਾਂ ਨੂੰ ਚੋਹਾ ਨੂੰ ਰੱਖ ਕੇ ਉੱਤੇ ਬੈਠ ਗਿਆ ਹੈ ਉਹਨਾਂ ਨੇ ਸੋਚਿਆ ਕਿ ਇਸ ਨੂੰ ਫਤਵਾ ਦਿਓ ਕੋਈ ਨਾ ਕੋਈ ਤਾਂ ਕਿ ਹੋਰ ਵੀ ਲੋਕਾਂ ਨੂੰ ਗਿਆਨ ਹੋ ਜਾਵੇ ਕਿ ਕਿਤਾਬਾਂ ਦੀ ਬੇਅਦਵੀਂ ਕਰੀਦਾ ਇਹ ਕੁਝ ਮਿਲਿਆ ਜਦ ਉਹਦੇ ਕੋਲੇ ਆਏ ਬੁੱਲੇ ਨੇ ਕਿਹਾ ਕਿ ਇਹ ਸ਼ਰਾ ਦੇ ਕੈਦੀ ਜਿਹੜੇ ਲੋਕ ਹੁੰਦੇ ਆ ਇਹਨਾਂ ਦੇ ਅੰਦਰ ਹਮਦਰਦੀ ਤਾਂ ਨਹੀਂ ਹੁੰਦੀ ਕੀ ਨਾ ਇਹਨਾਂ ਦੇ ਅੰਦਰ ਕੋਈ ਪਿਆਰ ਹੁੰਦਾ ਹੈ ਨਾ ਰਹਿਮ ਦਲੀ ਹੁੰਦੀ ਹੈ ਹੁਣ ਮੌਕੇ ਨੂੰ ਕਿਸ ਤਰ੍ਹਾਂ ਸੰਭਾਲੀਏ ਤਾਂ ਬੁੱਲੇ ਸ਼ਾਹ ਕਹਿਣ ਲੱਗਿਆ ਮੈਂ ਤੁਹਾਡੇ ਤੇ ਸਵਾਲ ਕਰਦਾ ਹਾਂ ਤੁਸੀਂ ਉਹਦਾ ਜਵਾਬ ਦਿਓ ਪਿੱਛੋ ਜੋ ਮਰਜੀ ਹੈ ਮੈਨੂੰ ਤੁਸੀਂ ਫਤਵਾ ਦੇ ਸਕਦੇ ਹੋ ਉਹ ਕਹਿਣ ਲੱਗੇ ਹਾਂ ਤੂੰ ਸਵਾਲ ਕਰ ਸਕਦਾ ਹੈ ਬੁੱਲੇ ਨੇ ਕਿਹਾ ਕਿ ਅਗਰ ਕੋਈ ਆਦਮੀ 40 ਸਾਲ ਕਿਸੇ ਨੂੰ ਪੂਜਦਾ ਰਹੇ ਪੂਜਾ ਕਰਦਾ ਰਹੇ ਉਹ ਕੁਝ ਦੇਵੇ ਨਾ ਤਾਂ ਉਸ ਨੂੰ ਕੀ ਡੰਡ ਦੇਣਾ ਚਾਹੀਦਾ ਹੈ ਉਹ ਕਹਿਣ ਲੱਗੇ ਬੜੀ ਕਾਲੀ ਦੇ ਵਿੱਚ ਕਿ ਉਸ ਨੂੰ ਜਿੰਦਿਆਂ ਨੂੰ ਸਾੜ ਦੇਣਾ ਚਾਹੀਦਾ ਹੈ ਤਾਂ ਬੁੱਲੇ ਸ਼ਾ ਹੱਸ ਕੇ ਕਹਿਣ ਲੱਗਾ ਇਹ ਕਸੂਰੇ ਨਾ ਕਤੇਬਾਂ ਦਾ ਹੈ ਮੈਂ 40 ਸਾਲ ਇਹਨਾਂ ਨੂੰ ਧੂਬ ਤਖਾਈ ਲੇਕਿਨ ਇਹਨਾਂ ਨੇ ਮੈਨੂੰ ਦਿੱਤਾ ਕੁਛ ਨਹੀਂ ਤੋ ਮੈਂ ਜੇ ਮੇਰਾ ਘਰ ਪੂਰਾ ਹੋਇਆ ਤਾਂ ਉਹਨੈਤ ਸ਼ਾ ਤੂੰ ਜਾ ਕੇ ਹੋਇਆ ਸਭ ਲਾਜਵਾਬ ਹੋ ਕੇ ਘਰ ਨੂੰ ਤੁਰ ਗਏ ਕੀ ਜਵਾਬ ਸੀ ਇਸ ਦਾ ਤਨ 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 ਪਿਆਰੇ ਕਿਆ ਕਹੂੰ ਮੈਂ ਮਾਸ਼ਵਦ ਕੀ ਜੋ ਪਰਚੇ ਹੈ ਸ਼ਵਦ ਸੀ ਸੋ ਜਾਣੇ ਮੈਂ ਮਾਸ਼ਵਦ ਕੀ ਹੁਣ ਆਪ ਕਹਿੰਦੇ ਆ ਕਿ ਸ਼ਬਦ ਗਾਉਣ ਵਜਾਉਣ ਵਾਲਾ ਨਹੀਂ ਪੜ੍ਹਨ ਲਿਖਣ ਵਾਲਾ ਨਹੀਂ ਜਿਹੜੇ ਇਹ ਸ਼ਬਦ ਨਾਮ ਦੀ ਕਮਾਈ ਕਰਦੇ ਐ ਸਿਰਫ ਇਹ ਸ਼ਬਦ ਨੂੰ ਉਹੀ ਸਮਝ ਸਕਦੇ ਐ ਉਹੀ ਇਸ ਧੀਲਜਿਤ ਨੂੰ ਚੱਕ ਸਕਦੇ ਹੈ ਜਦ ਪਰਮਾਤਮਾ ਦਇਆ ਕਰਦਾ ਜੀਵਾਂ ਤੇ ਉਹੀ ਸ਼ਬਦ ਦੇ ਧਾਰ ਕੇ ਸਾਡੇ ਵਿਚਾਰ ਆ ਕੇ ਰਹਿੰਦਾ ਹੈ ਔਰ ਆਪਣਾ ਉਹ ਭੇਦ ਦੱਸਦਾ ਹੈ ਕਿ ਮੈਂ ਇਹ ਸਰੂਪ ਦੇ ਸਰੂਪ ਦੇ ਅੰਦਰ ਇਹ ਸਰੂਪ ਵਿੱਚ ਤੁਹਾਡੇ ਅੰਦਰ ਹੈ ਆਓ ਤੁਸੀਂ ਮੈਨੂੰ ਮਿਲੋ ਜਿਸ ਤਰ੍ਹਾਂ ਅਸੀਂ ਮਿਸਰੀ ਮਿਸਰੀ ਕਰੀ ਜਾਈਏ ਮੂੰਹ ਮਠਾ ਨਹੀਂ ਹੁੰਦਾਗਾ ਭਵੇਂ ਸਾਰਾ ਦਿਨ ਹੀ ਆਪਾਂ ਮਿਸਰੀ ਦਾ ਲਫ਼ਜ਼ ਜ਼ੁਬਾਨ ਤੇ ਰੱਖੀ ਰੱਖੀਏ ਅਗਰ ਮਿਸਰੀ ਖਾ ਲਈਏ ਤਾਂ ਮੂੰਹ ਮਠਾ ਹੋ ਜਾਂਦਾ ਹੈ ਤੋਂ ਸਾਨੂੰ ਇਹੀ ਸਮਝਾਉਂਦੀ ਹੈ ਕਿ ਮਿਸਰੀ ਦਾ ਲਫ਼ਜ਼ ਕੋਈ ਹੋਰ ਹੈ ਔਰ ਜਿਹੜੀ ਮਿਸਰੀ ਹੈ ਉਹ ਕੋਈ ਹੋਰ ਚੀਜ਼ ਹੈ ਇਸੇ ਤਰ੍ਹਾਂ ਅਗਰ ਵਹਿਗਰੂ ਵਹਿਗਰੂ ਅੱਲਾ ਅੱਲਾ ਰਾਮ ਰਾਮ ਅਸੀਂ ਭਵੇਂ ਜਿੰਨਾ ਮਰਜੀ ਜ਼ੋਰ ਲਾ ਕੇ ਕਰੀ ਜਾਈਏ ਲੇਕਿਨ ਜਿਸ ਚੀਜ਼ ਦੀ ਇਹ ਲਫ਼ਜ਼ ਮਹਿਮਾ ਬਿਆਨ ਕਰਦੇ ਹੈ ਜਦ ਤੱਕ ਅਸੀਂ ਉਸ ਨੂੰ ਨਹੀਂ ਮਿਲਦੇਗੇ ਉਹਨਾਂ ਚਿਰ ਸਾਡਾ ਜੰਮਣ ਮਰਨ ਜਿਹੜਾ ਹੈ ਉਹ ਕਦੇ ਕਟਿਆ ਨਹੀਂ ਜਾ ਸਕਦਾਗਾ ਗੁਰੂ ਸਾਹਿਬ ਕਹਿੰਦੇ ਆ ਰਾਮ ਰਾਮ ਸਭ ਕੋ ਕਹੇ ਕਿ ਹਾਂ ਰਾਮ ਨਾ ਹੋਏ ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਏ ਜੋ ਪਰ ਜੀ ਹੈ ਸ਼ਵਦ ਸੀ सो जाने मैं शरद की छिन छिन रखेया हो रही क्या ओ कहूं मैं शरद की ਉਹ ਆਪ ਕਹਿੰਦੇ ਆ ਕਿ ਸ਼ਬਦ ਦੇ ਜਰੀਏ ਹੀ ਪਰਮਾਤਮਾ ਨੇ ਸੰਸਾਰ ਦੀ ਰਚਨਾ ਪੈਦਾ ਕੀਤੀ ਸ਼ਬਦ ਹੀ ਸਭ ਦੀ ਰੱਖਿਆ ਕਰ ਰਿਹਾ ਹੈ ਉਹ ਸ਼ਬਦ ਹੀ ਸਾਡੇ ਅੰਦਰ ਹੋਣ ਕਰਕੇ ਸਾਡਾ ਦੁਨੀਆ ਦੇ ਵਿੱਚ ਮਾਨ ਤਾਨ ਹੈ ਉਹ ਸ਼ਬਦ ਦੀ ਤਾਕਤ ਦੇ ਨਾਲ ਹੀ ਸਾਡੀਆਂ ਅੱਖਾਂ ਖੁੱਲ੍ਹਦੀਆਂ ਹੈ ਮਿਚਦੀਆਂ ਹੈ ਹੱਥ ਹਿਲਦੇ ਹੈ ਲਤਾਂ ਹਿਲੀਆਂ ਹੈ ਜਦੋਂ ਪਰਮਾਤਮਾ ਸ਼ਬਦ ਨੂੰ ਇਸ ਦੇ ਵਿੱਚੋਂ ਉਠਾ ਲੈਂਦਾ ਹੈ ਇਹ ਸ਼ਰੀਰ ਦੀ ਕੋਈ ਕੌਡੀ ਦੇਣ ਵਾਸਤੇ ਤਿਆਰ ਨਹੀਂਗਾ ਔਰ ਇਹ ਕੋਈ ਹਰਕਤ ਦੇ ਵਿੱਚ ਨਿਆਸ ਆ ਸਕਦਾਗਾ ਸਾਨੂੰ ਇਹ ਵੀ ਪਤਾ ਹੈ ਕਿ ਸਰੀਰ ਜਿਹੜਾ ਹੈ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਔਰ ਇੱਕ ਤਤ ਦੂਸਰੇ ਦੇ ਵਿਰੋਧੀ ਹੈ ਕਿਉਂਕਿ ਪਾਣੀ ਨੂੰ ਅਗਨੀ ਅਗਨੀ ਖੁਸ਼ ਕਰਦੀ ਹੈ ਪਾਣੀ ਔਰ ਪਾਣੀ ਦੇ ਪਾਣੀ ਪ੍ਰਿਥਵੀ ਦਾ ਦੁਸ਼ਮਣ ਪਾਣੀ ਹੈ ਔਰ ਪਾਣੀ ਦਾ ਦੁਸ਼ਮਣ ਅਗਨੀ ਹੈ ਔਰ ਅਗਨੀ ਦਾ ਦੁਸ਼ਮਣ ਹਵਾ ਹੈ ਹਵਾ ਦੇ ਦੁਸ਼ਮਣ ਆਕਾਸ਼ ਹੈ ਔਰ ਉਹ ਸ਼ਬਦ ਦੀ ਕਿਰਨ ਹੋ ਕੇ ਵਿਰੋਧੀ ਤੱਤ ਕਿਸ ਤਰ੍ਹਾਂ ਮਿਲ ਕੇ ਕੰਮ ਕਰ ਰਹੇ ਹੈ ਛਿਨ ਛਿਨ ਰੱਖਿਆ ਹੋ ਰਹੀ ਕਿਆ ਉਪਮ ਕਹੂੰ ਮੈਂ ਸ਼ਬਦ ਕੀ ਬਿਨ ਸ਼ਬਦ ਫੇਰੇ ਪਰਮਾਤੀਆਂ ਨਹ ਜਾਣੀ ਗਤ ਮਤ ਸ਼ਬਦ ਕੀ ਹੁਣ ਕਹਿੰਦੇ ਕਿ ਸ਼ਾਂਤੀ ਸ਼ਬਦ ਵਿੱਚ ਸੀ ਨਾਮ ਵਿੱਚ ਸੀ ਔਰ ਸ਼ਬਦ ਦੀ ਭਗਤੀ ਕਰਕੇ ਅਸੀਂ ਪਰਮਾਤਮਾ ਨੂੰ ਮਿਲਣਾ ਸੀ ਹੁਣ ਅਸੀਂ ਕੀ ਕਰਦੇ ਹਾਂ ਜਾਂ ਤਾਂ ਤੀਰਥਾਂ ਤੇ ਇਸ਼ਨਾਨ ਕਰਕੇ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਨੇ ਆ ਜਾਂ ਕੋਈ ਹੋਰ ਰਸਮ ਰਿਵਾਜ ਕਰਮਕਾਂਡ ਦੇ ਅੰਦਰ ਅਸੀਂ ਉਸ ਪਰਮਾਤਮਾ ਨੂੰ ਖੋਜਦੇ ਹਾਂ ਉਹ ਬਾਹਰ ਕੀ ਕੁਛ ਹੈ ਭਰਮ ਹੈ ਵਹਿਮ ਹੈ ਵਹਿਮ ਦੇ ਅੰਦਰ ਲੱਗੇ ਹੀ ਅਸੀਂ ਇਸ ਕੰਮ ਨੂੰ ਕਰਨ ਲੱਗੇ ਪਏ ਹਾਂ ਕਿਉਂਕਿ ਬਾਹਰ ਜਿੰਨੇ ਵੀ ਅਸੀਂ ਕਰਮ ਕਾਂਡ ਕਰਦੇ ਹਾਂ ਉਹ ਪਾਣੀ ਰੜਕਣ ਲੱਗੇ ਪਏ ਹੈ ਪਾਣੀ ਨੂੰ ਜਿਤਨਾ ਮਰਜੀ ਤੁਸੀਂ ਰੜਕ ਲੋ ਬਲੋ ਲੋ ਉਹਦੇ ਵਿੱਚੋਂ ਝਾਗ ਹੀ ਨਿਕਲ ਸਕਦੀ ਹੈ ਲੇਕਿਨ ਮੱਖਣ ਨਹੀਂ ਨਿਕਲਦਾਗਾ ਅਗਰ ਅਸੀਂ ਮੱਖਣ ਨੂੰ ਰੜਕਾਂਗੇ ਤਾਂ ਮੱਖਣ ਦੇ ਵਿੱਚ ਅਗਰ ਅਸੀਂ ਦੁੱਧ ਨੂੰ ਰੜਕਾਂਗੇ ਤਾਂ ਹੀ ਮੱਖਣ ਨਿਕਲੇਗਾ ਬਾਹਰ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਮਨ ਬੁੱਧੀ ਦੇ ਨਾਲ ਉਹ ਕੀ ਹੈ ਪਾਣੀ ਰੜਕਣ ਲੱਗੇ ਪਏ ਹੈ ਸ਼ਬਦ ਨਾਮ ਦੀ ਕਮਾਈ ਦੁੱਧ ਨੂੰ ਰੜਕਣਾ ਹੈ ਔਰ ਇਸ ਚੋਂ ਮੱਖਣ ਨਿਕਲਦਾ ਹੈ ਮੈਂ ਇੱਕ ਦਿਨ ਸੰਤ ਬਾਣੀ ਦੇ ਅੰਦਰ ਵੀ ਖੋਲ ਕੇ ਦੱਸਿਆ ਸੀ ਕਿ ਮੈਂ ਸਿੱਖਾਂ ਦੇ ਘਰੇ ਪੈਦਾ ਹੋਇਆ ਮੇਰੇ ਮਾਤਾ ਪਿਤਾ ਸਿੱਖ ਸਨ ਜੋ ਵੀ ਸਿੱਖਾਂ ਦੇ ਅੰਦਰ ਕਰਮ ਕਾਂਡ ਦੀ ਵਿਧੀ ਹੈ ਉਹ ਸਾਰੀ ਕਰਦੇ ਹੁੰਦੇ ਸਨ ਇੱਕ ਦਫਾ ਮੇਰੇ ਪਿਤਾ ਨੇ ਅਖੰਡ ਪਾਠ ਕੋ ਲਾਇਆ ਜਦ ਉਹ ਜੋ ਸੰਗਤ ਦੇ ਵਿੱਚ ਵੰਡਦੇ ਹੈ ਹਲਵਾ ਦੇਗ ਉਹ ਤਿਆਰ ਕਰਨ ਲੱਗੇ ਮੇਰੀ ਮਾਤਾ ਨੇ ਬੜਾ ਖੁਸ਼ ਹੋ ਕੇ ਦਿਲਚੇ ਖਿਆਲ ਕੇ ਮੇਰਾ ਬੇਟਾ ਇਸ ਦੇ ਹੇਠ ਅਗ ਮਚਾਵੇ ਤਾਂ ਕਿ ਸਾਡੀ ਸੇਵਾ ਹੋ ਜਾਵੇ ਜਦ ਮੈਂ ਉਸ ਦੇਖਦੇ ਥੱਲੇ ਅਗ ਮਚਾਉਣ ਲੱਗਿਆ ਜਿਹੜਾ ਭਾਈ ਸੀਗਾ ਅਖੰਡ ਪਾਠ ਕਰਨ ਵਾਲਾ ਮੈਂ ਉਸ ਤੇ ਸਵਾਲ ਕੁਦਰਤੋਂ ਹੀ ਕਰ ਦਿੱਤਾ ਕਿਉਂਕਿ ਮੈਂ ਜੋ ਕੁਝ ਮੇਰੇ ਮਾਤਾ ਪਿਤਾ ਕਰਮ ਕਰਦੇ ਸੀ ਮੈਂ ਉਹਨਾਂ ਦੇ ਨਾਲ ਇਤفاق ਨਹੀਂ ਰੱਖਦਾ ਸੀਗਾ ਬਸ ਉਹਨੇ ਜੋ ਕੁਝ ਭਾਸ਼ਣ ਸੀ ਉਹ ਸਾਰਾ ਮੇਰੇ ਤੇ ਝਾੜਦਾ ਰਿਹਾ ਉਦੋਂ ਤਕਰੀਬਨ ਮੇਰੀ 8-9 ਸਾਲ ਦੀ ਉਮਰ ਸੀਗੀ ਆਖੇ ਮੈਂ ਉਹਨੂੰ ਪੁੱਛਿਆ ਸੀਗਾ ਕਿ ਅਗਰ ਮੈਂ ਬਾਹਰ ਕਿਤੇ ਚਲਿਆ ਗਿਆ ਲੋਕਾਂ ਨੇ ਮੇਰੇ ਤੇ ਸਵਾਲ ਕੀਤਾ ਕੋਈ ਸਿੱਖ ਧਰਮ ਬਾਰੇ ਉਹਨਾਂ ਨੇ ਅਗਰੇ ਪੁੱਛਿਆ ਤੁਸੀਂ ਗੁਰੂ ਗ੍ਰੰਥ ਨੂੰ ਕਿਉਂ ਮੰਨਦੇ ਹੋ ਮੈਂ ਕੀ ਦੱਸੂੰਗਾ ਤੋਂ ਉਹਨੇ ਇਤਨਾ ਭਾਸ਼ਨ ਝਾੜਿਆ ਬਿੰਦਕ ਹੋਵੇ ਹਾਂ ਤੂੰ ਕਿਤੇ ਅਮਰੀਕਾ ਨਾ ਚਲਿਆ ਜਾਵੇਂ ਵੇਖੋ ਜੀ ਇਹਦਾ ਮੂੰਹ ਇਹ ਅਮਰੀਕਾ ਨੂੰ ਜਾਏਗਾ ਫਿਰ ਲੋਕ ਪੁੱਛਣਗੇ ਲੇਕਿਨ ਬੜੀ ਪਤੇ ਦੀ ਗੱਲ ਹੈ ਕਿ ਜਦ ਮੈਂ ਇੱਥੇ ਅਮਰੀਕਾ ਦੇ ਅੰਦਰ ਆਇਆ ਜੋ ਮੈਂ ਬਚਪਣੇ ਦੇ ਵਿੱਚ ਸਵਾਲ ਸੋਚਿਆ ਸੀਗਾ ਕੈਨੇਡਾ ਦੇ ਅੰਦਰ ਉਹੀ ਲੋਕਾਂ ਨੇ ਮੇਰੇ ਤੇ ਸਵਾਲ ਕੀਤਾ ਔਰ ਸਿੱਖ ਧਰਮ ਬਾਰੇ ਆਪ ਸਭ ਨੇ ਸੰਤ ਬਾਣੀ ਮੈਗਜ਼ੀਨ ਦੇ ਵਿੱਚ ਛਪਿਆ ਸੀਗਾ ਮੈਂ ਖੋਲ ਕੇ ਉਹਨਾਂ ਨੂੰ ਜਵਾਬ ਦਿੱਤੇ ਸੀਗੇ ਸੋ ਇਸ ਵਾਸਤੇ ਅਸੀਂ ਜਿੰਨੇ ਵੀ ਬਾਹਰ ਕਰਮ ਕਾਂਡ ਕਰਦੇ ਹਾਂ ਧਰਮ ਦੇ ਵਿੱਚ ਹੈ ਆਪ ਦੀ ਤਾਂ ਤਸੱਲੀ ਹੋਣੀ ਕੀ ਸੀ ਅਸੀਂ ਦੂਸਰੇ ਦੀ ਵੀ ਤਸੱਲੀ ਨਹੀਂ ਕਰਾ ਸਕਦੇਗੇ ਤੋਂ ਸਵਾਮੀ ਜੀ ਮਹਾਰਾਜ ਕਹਿੰਦੇ ਆ ਬਿਨਾਂ ਸ਼ਬਦ ਫਿਰੇ ਪਰਮਾਤਿਆਂ ਨਾ ਜਾਣੀ ਗਤਮਤ ਸ਼ਬਦ ਕੀ ਬਿਨ ਸ਼ਬਦ ਫੇਰੀ ਪਰਮਾਤਿਆਂ ਨੇ ਜਾਨੀ ਗਤ ਮਤ ਸ਼ਵਦ ਕੀ ਜਿਨ ਗੁਰ ਪਾਇਆ ਸ਼ਵਦ ਕਾ ਔਰ ਪ੍ਰੀਤ ਕਰੀ ਜਿਨ ਸ਼ਵਦ ਕੀ ਹੁਣ ਦੁਨੀਆ ਦੇ ਅੰਦਰ ਗੁਰੂਆਂ ਦਾ ਕੋਈ ਕਾਟਾ ਨਹੀਂਗਾ ਮਹਾਰਾਜ ਸਾਵਨ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਚੇਲਾ ਬਣਨ ਨੂੰ ਕੋਈ ਤਿਆਰੀ ਨਹੀਂ ਹੋਏਗਾ ਜਿੱਥੋਂ ਵੀ ਤੁਸੀਂ ਨਿਗਾਹ ਮਾਰੋਗੇ ਗੁਰੂ ਗੁਰੂ ਨਜ਼ਰ ਦੇ ਵਿੱਚ ਆਉਣਗੇ ਲੇਕਿਨ ਕਮਾਈ ਵਾਲਾ ਮਹਾਤਮਾ ਕਮਾਈ ਵਾਲਾ ਸਤਗੁਰੂ ਬੜਾ ਹੀ ਵਿਰਲਾ ਕੋਈ ਮਿਲੇਗਾ ਕੋਟਨ ਮੇ ਕੋ ਜੋ ਭਜਨ ਰਾਮ ਕੋ ਪਾਵੇ ਤੋ ਗੁਰੂ ਸਾਹਿਬ ਕਹਿੰਦੇ ਆ ਕਿ ਜਗ ਮੇ ਉਤਮ ਕੜੀਏ ਵਿਰਲੇ ਕੇਈ ਕੇ ਅਗਰ ਅਸੀਂ ਕਮਾਈ ਵਾਲੇ ਮਹਾਤਮਾ ਢੂੰਢੀਏ ਤਾਂ ਕੋਈ ਵਿਰਲਾ ਹੀ ਕੋਈ ਮਿਲੇਗਾ ਕਿਉਂਕਿ ਮਹਾਤਮਾ ਦੀ ਕਮਾਈ ਦੇਖਣੀ ਹੈ ਕਿ ਇਸ ਨੇ ਕੋਈ 10 ਸਾਲ 15 ਸਾਲ 20 ਸਾਲ ਕਦੇ ਕੋਈ ਅਭਿਆਸ ਕੀਤਾ ਹੈ ਕਦੇ ਕੋਈ ਕਠਨ ਤਪਸ਼ਿਆ ਕੀਤੀ ਹੈ ਕੋਈ ਸ਼ਬਦਨਾਮ ਦੀ ਕਮਾਈ ਵੀ ਕੀਤੀ ਹੈ ਕਿਉਂਕਿ ਜਿਹੜਾ ਤਰਨ ਜਾਣਦਾ ਹੈ ਉਹ ਹੀ ਦੂਜੇ ਨੂੰ ਤਾਰੀ ਦੱਸ ਸਕਦਾ ਹੈ ਜਿਹੜਾ ਕਦੇ ਪਾਣੀ ਚੀਨੀ ਵੜਿਆ ਵਿਚਾਰਾ ਉਹ ਕਿਸੇ ਨੂੰ ਤਰਨ ਕੀ ਦੱਸ ਦੇਵੇਗਾ ਤੋਂ ਸਵਾਮੀ ਜੀ ਮਹਾਰਾਜ ਕਹਿੰਦੇ ਆ ਜਿਨ੍ਹਾਂ ਨੂੰ ਗੁਰੂ ਸ਼ਬਦ ਸਰੂਪੀ ਸ਼ਬਦ ਅਭਿਆਸੀ ਮਹਾਤਮਾ ਮਿਲਿਆ ਸਿਰਫ ਉਹੀ ਲੋਕ ਸ਼ਬਦ ਨੂੰ ਸਮਝ ਸਕਦੇ ਹੈ ਹੁਣ ਕਹਿੰਦੇ ਆ ਕਿ ਗੁਰੂ ਦੇ ਪਾਸ ਜਾ ਵੜਨਾ ਹੀ ਕਾਫੀ ਨਹੀਂਗਾ ਸੇਵਕ ਦਾ ਵੀ ਧਰਮ ਹੈ ਜਦ ਨਾਮ ਮਿਲ ਜਾਂਦਾ ਹੈ ਤੋ ਆਪਣੇ ਫੈਲੇ ਹੋਏ ਖਿਆਲ ਨੂੰ ਪਿਆਰ ਦੇ ਨਾਲ ਦੋਨਾਂ ਅੱਖਾਂ ਦੇ ਦਰਮIAN ਲਿਆ ਕੇ ਇਕੱਠਾ ਕਰਨਾ ਹੈ। ਤੋ ਜਿੰਨੀ ਮਿਹਨਤ ਜਲਦੀ ਕਰੇਗਾ ਸੇਵਕ ਉਤਨੀ ਜਲਦੀ ਇਹ ਤਰੱਕੀ ਕਰੇਗਾ। ਅਭਿਆਸ ਨੂੰ ਕਰਨ ਲੱਗਿਆ ਬੋਝਾ ਨਾ ਸਮਝੇ। ਇਹ ਨਹੀਂ ਕਿ ਬੱਚਾ ਸਕੂਲੇ ਤਾਂ ਜਾਵੇ ਨਾ ਜਿਵੇਂ ਟੀਚਰ ਕਹਿੰਦਾ ਉਹ ਉਹਦੇ ਕਹਿਣ ਮੁਤਾਬਕ ਪੜ੍ਹੇ ਨਾ ਰਸਤੇ 'ਚ ਖੜਕੇ ਬੇਨਤੀਆਂ ਕਰਨ ਲੱਗ ਜਾਵੇ ਟੀਚਰ ਦੇ ਅੱਗੇ ਕਿ ਤੁਸੀਂ ਮੇਰਾ ਸਬਕ ਯਾਦ ਕਰੋ। ਤੁਸੀਂ ਮੈਨੂੰ ਪਾਸ ਕਰ ਦਿਓ ਜਰਾ ਸੋਚ ਕੇ ਦੇਖੋ ਜਿੱਥੇ ਉਹ ਬੱਚਾ ਬੇਨਤੀਆਂ ਕਰਦਾ ਰਸਤੇ 'ਚ ਖੜਕੇ ਉਹਦਾ ਹੱਕ ਬਣਦਾ ਸਕੂਲ 'ਚ ਜਾਵੇ ਜੋ ਉਹਦਾ ਟੀਚਰ ਕਹਿੰਦਾ ਉਹਦੇ ਕਹਿਣ ਦੇ ਮੁਤਾਬਕ ਉਹ ਪੜ੍ਹਾਈ ਨੂੰ ਕਰੇ ਟੀਚਰ ਦਾ ਹੁਕਮ ਮੰਨੇ ਇਸੇ ਤਰ੍ਹਾਂ ਸਾਡਾ ਵੀ ਫਰਜ਼ ਬਣਦਾ ਹੈ ਜਦ ਨਾਮ ਲੈ ਲਿਆ ਹੈ ਤਾਂ ਸਿਮਰਨ ਕਰੀਏ ਅਭਿਆਸ ਕਰੀਏ ਬਿਲਾ ਨਾਗਾ ਪਾਇਆ ਮਨ ਨੂੰ ਪਵਿੱਤਰ ਰਖੀਏ ਔਰ ਅਸੀਂ ਕੀ ਕਰਦੇ ਹਾਂ ਬੇਨਤੀਆਂ ਤੇ ਜ਼ੋਰ ਦਿੰਨੇ ਆ ਅਗਰ 5-4 ਮਿੰਟ ਭੁੱਲ ਭੁਲੇਖੇ ਕਿਤੇ ਅਭਿਆਸ 'ਤੇ ਬਹਿ ਜਿਓ ਤੋ ਘੰਟਾ ਬੇਨਤੀਆਂ ਕਰ ਲਾਉਨੇ ਆ ਮੇਰੇ ਬੱਚੇ ਨੂੰ ਠੀਕ ਕਰ ਮੇਰੀ ਬਿਮਾਰੀ ਠੀਕ ਕਰ ਮੇਰੀ ਬੇਰੁਜ਼ਗਾਰੀ ਠੀਕ ਕਰ ਜਰਾ ਤੁਸੀਂ ਸੋਚ ਕੇ ਦੇਖ ਲਓ ਕਿ ਭਜਨ ਕਰਤੇ ਤਾਂ ਅਸੀਂ 5 ਮਿੰਟ ਲਾਏ ਅਰਦਾਸ ਕਰਨ ਲੱਗਿਆ ਨੇ ਘੰਟਾ ਲਾਇਆ ਅਸੀਂ ਇਹ ਜਿੰਨੀਆਂ ਵੀ ਬੇਨਤੀਆਂ ਕਰ ਰਹੇ ਆ ਕਿਦੇ ਮਗਰ ਲਾ ਕੇ ਕਰ ਰਹੇ ਆ ਮਨ ਦੇ ਮਗਰ ਲਾ ਕੇ ਕਰਕੇ ਕਰਦੇ ਆ ਔਰ ਪੂਰੀਆਂ ਕੀ ਤੋਂ ਕਰਾਉਣੀਆਂ ਚਾਹੁੰਨੇ ਆ ਸਤਿਗੁਰਾਂ ਕੋਲ ਜਰਾ ਸੋਚ ਕੇ ਦੇਖੋ ਭਗਤੀ ਮਨ ਦੀ ਕਰਦੇ ਹੈ ਜਾਂ ਸਤਿਗੁਰਾਂ ਦੀ ਦਸੀ ਹੋਈ ਭਗਤੀ ਕਰਦੇ ਹੈ ਜਿਨ ਗੁਰ ਪਾਇਆ ਸ਼ਬਦ ਕਾ ਔਰ ਪ੍ਰੀਤ ਕਰੀ ਜਿਨ ਸ਼ਬਦ ਕੀ ਵੜ ਪਾਗੀ ਵੇ ਜੀਵ ਹੈ ਜੋ ਕਰੇ ਕਮਾਈ ਚਰਦ ਕੀ ਅਗਰ ਦੁਨੀਆ ਦੇ ਵਿੱਚ ਕੋਈ ਵੱਡੇ ਭਾਗਾ ਵਾਲਾ ਹੈ ਜਾਂ ਅਛੇ ਭਾਗਾ ਵਾਲਾ ਹੈ ਤਾਂ ਉਹੀ ਹੈ ਜੋ انسان ਦਾ ਜਾਮਾ ਪਾ ਕੇ ਸ਼ਬਦ ਦੀ ਕਮਾਈ ਕਰਦਾ ਹੈ ਨਾਮ ਦੀ ਕਮਾਈ ਕਰਦਾ ਹੈ ਬਰ ਭਾਗੀ ਵੇ ਜੀਵ ਹੈ ਜੋ ਕਰੇ ਕਮਾਈ ਸ਼ਰਦ ਕੀ ਬੇਨਾਸ਼ਵਦਿ ਮਾਨੈ ਬਾਸ ਨਹੀਂ ਤਮ ਸੋਰਤ ਕਰੋ ਅਬ ਸ਼ਰਦ ਕੀ ਬਿਸ਼ੇਸ਼ ਜੀ ਰਾਮਚੰਦਰ ਦੇ ਗੁਰੂ ਹੋਏ ਆ ਉਹ ਰਾਮਚੰਦਰ ਨੂੰ ਉਪਦੇਸ਼ ਕਰਨ ਲੱਗੇ ਕਿ ਅਗਰ ਕੋਈ ਇਕ ਹੈ ਕਿ ਕਿਸੇ ਨੇ ਕਈ ਮੀਲ ਲੰਬਾ ਹਿਮਾਲਿਆ ਹੱਥ ਦੇ ਚੁਕ ਲਿਆ ਕਹਿਣ ਲੱਗੇ ਬੇਸ਼ੱਕ ਮੰਨਣ ਵਾਲੀ ਬਾਤ ਨਹੀਂ ਇੱਕ ਮਿੰਟ ਵਾਸਤੇ ਮੰਨ ਲੈਨੇ ਆ ਕਿ ਸ਼ਾਇਦ ਮਾਲਕ ਨੇ ਕੋਈ ਐਸਾ ਸੂਰਮਾ ਪੈਦਾ ਕੀਤਾ ਹੋਵੇ ਜਿਸ ਨੇ ਇਨਾ ਹਿਮਾਲਿਆ ਹੱਥ ਦੇ ਉਤੇ ਚੁਕ ਲਿਆ ਹੈ ਅਗਰ ਕੋਈ ਇਹ ਕਹੇ ਕਿ ਕਿਸੇ ਨੇ ਸਮੁੰਦਰ ਪੀ ਲਿਆ ਬੇਸ਼ੱਕ ਉਹ ਕਹਿੰਦੇ ਮੰਨਣ ਵਾਲੀ ਚੀਜ਼ ਨਹੀਂ ਫਿਰ ਵੀ ਇੱਕ ਮਿੰਟ ਵਾਸਤੇ ਮੰਨ ਲੈਨੇ ਆ ਕਿ ਸ਼ਾਇਦ ਕੋਈ ਐਡਾ ਸੂਰਮਾ ਪੈਦਾ ਹੋਇਆ ਹੋਵੇ ਐਡੇ ਪੇਟ ਵਾਲਾ ਕਿ ਜਿਸ ਨੇ ਸਮੁੰਦਰ ਨੂੰ ਸਾਰੇ ਨੂੰ ਪੀ ਲਿਆ ਹੈ ਅਗਰ ਕੋਈ ਇਹ ਕਹੇ ਕਿ ਮੈਂ ਮਨਵਾਸ ਕਰ ਲਿਆ ਉਹ ਕਹਿਣ ਲੱਗੇ ਸੀ ਮੰਨਣ ਨੂੰ ਤਿਆਰ ਨਹੀਂ ਇਹਦਾ ਮਤਲਬ ਇਹ ਵੀ ਨਹੀਂ ਕਿ ਅਜ ਤੱਕ ਕਿਸੇ ਨੇ ਵਸ ਨਹੀਂ ਕੀਤਾ ਉਹ ਕਹਿਣ ਲੱਗੇ ਜਿਸਨੇ ਵੀ ਅਜ ਤੱਕ ਵਸ ਕੀਤਾ ਹੈ ਉਹਨੇ ਸਿਰਫ ਸ਼ਬਦ ਨਾਮ ਦੀ ਕਮਾਈ ਦੇ ਨਾਲ ਹੀ ਵਸ ਕੀਤਾ ਹੈ ਤੋਂ ਸਵਾਮੀ ਜੀ ਮਹਾਰਾਜ ਕਹਿੰਦੇ ਆ ਕੋਟ ਯਤਨ ਸੇ ਇਹ ਨਹੀਂ ਮਾਨੇ ਤੁਨ ਸੁਣ ਕਰ ਮਨ ਸਮਝਾਈ ਬਾਹਰ ਮੁਖੀ ਜਿੰਨੇ ਮਰਜੀ ਕਰਮ ਕਾਂਡ ਕਰ ਲੋ ਮਨ ਦੇ ਅੰਦਰ ਹੋਰ ਹੰਕਾਰ ਆ ਜਾਏਗਾ ਇਸ ਨੂੰ ਅੰਦਰਲਾ ਰਾਗ ਸੁਣਾ ਦਿਓ ਇਸ ਸ਼ਬਦ ਦੀ ਲਜੇ ਦੇ ਦਿਓ ਮਨ ਤੁਹਾਡਾ ਵਸ ਵਿੱਚ ਆ ਜਾਏਗਾ बेना शवद मरे बास नहीं तुम सुरत करो अब शवद की ए क्यों आए इस जगत में जे न मिली न पूंजी शवद की ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਦੇਖੋ ਹਰ ਜਨਮ ਦੇ ਅੰਦਰ ਪਸ਼ੂ ਪੰਛੀਆਂ ਨੂੰ ਵੀ ਬੀਵੀ ਮਿਲਦੀ ਹੈ ਬੱਚੇ ਮਿਲਦੇ ਆ ਉਹਨਾਂ ਨੂੰ ਵੀ ਭੋਗ ਭੋਗਣ ਦਾ ਤਾਂ ਗਿਆਨ ਹੈ ਅਗਰ ਇਨਸਾਨ ਦੇ ਜਾਮੇ ਦੇ ਅੰਦਰ ਕੋਈ ਵਿੜਾਈ ਹੈ ਤਾਂ ਉਹ ਸ਼ਬਦ ਦੀ ਵਿੜਾਈ ਹੈ ਕਹਿਣ ਲੱਗੇ ਉਹ ਇਸ ਸੰਸਾਰ ਵਿੱਚ ਕੀ ਲੈਣ ਵਾਸਤੇ ਆਏ ਜਿਨ੍ਹਾਂ ਵਿਚਾਰਿਆਂ ਨੂੰ ਸ਼ਬਦ ਦੀ ਪੂੰਜੀ ਸ਼ਬਦ ਦਾ ਦਾਣ ਹੀ ਨਹੀਂ ਮਿਲੇਗਾਰੇ ਕਿਉਂ ਆਏ ਇਸ ਜਗਤ ਮੇ ਇਨ ਮੀਲੀ ਨ ਪੂੰਜੀ ਸਰਦ ਕੀ ਤੋਨੇ ਕਟ ਮੇ ਹਰ ਦਮ ਹੋ ਰਹੀ ਕਿਉ ਸੁਨੇ ਸ਼ਬਦ ਕੀ ਹੁਣ ਕਹਿੰਦੇ ਇੱਕ ਨਹੀਂ ਪੰਜ ਸ਼ਬਦ ਤੁਹਾਡੇ ਅੰਦਰ ਵੱਜ ਰਹੇ ਆ ਸਭ ਮਹਾਤਮਾ ਨੇ ਇਹਨਾਂ ਪੰਜਾਂ ਸ਼ਬਦਾਂ ਦਾ ਜ਼ਿਕਰ ਕੀਤਾ ਹੈ ਪਤਾ ਇੱਕੋ ਹੀ ਸੱਚਖੰਡ ਤੋਂ ਉੱਠ ਰਿਹਾ ਹੈ ਪੰਜ ਸ਼ਬਦ ਨੂੰ ਇਸ ਕਰਕੇ ਬਿਆਨ ਕਰਦੇ ਮਹਾਤਮਾ ਕਿ ਪੰਜਾਂ ਮੰਜਲਾਂ ਵਿੱਚ ਦੀ ਗੁਜਰਦਾ ਹੈ ਕਿਉਂਕਿ ਜਿੱਥੋਂ ਦਰਿਆ ਨਿਕਲਦਾ ਹੈ ਉਹਦੀ ਕੋਈ ਹੋਰ ਆਵਾਜ਼ ਹੈ ਜਦੋਂ ਪੱਥਰਾਂ ਦੇ ਵਿੱਚ ਪਾਣੀ ਆ ਕੇ ਵੱਜਦਾ ਹੈ ਉਹਦੀ ਕੋਈ ਹੋਰ ਆਵਾਜ਼ ਹੋ ਜਾਂਦੀ ਹੈ ਜਦੋਂ ਸਾਫ਼ ਜ਼ਮੀਨ ਤੇ ਆਉਂਦਾ ਹੈ ਉਹਦੀ ਕੋਈ ਹੋਰ ਆਵਾਜ਼ ਹੋ ਜਾਂਦੀ ਹੈ ਜਦ ਉਹ ਹੀ ਦਰਿਆ ਸਮੁੰਦਰ ਦੇ ਅੰਦਰ ਜਾ ਕੇ ਪੈਂਦਾ ਉਸ ਦੀ ਕੋਈ ਹੋਰ ਆਵਾਜ਼ ਹੋ ਜਾਂਦੀ ਹੈ ਪਾਣੀ ਇੱਕ ਹੈ ਜੈਸੀ ਜ਼ਮੀਨ ਆਉਂਦੀ ਹੈ ਵੈਸੀ ਉਹ ਆਵਾਜ਼ اختیار ਕਰ ਲੈਂਦਾ ਹੈ ਤੂੰ ਨੇ ਘਟ ਮੇ ਹਰ ਦਮ ਹੋ ਰਹੀ ਕਿਉ ਸੁਨੇ ਨ ਬਾਨੀ ਸ਼ਬਦ ਕੀ ਤੂੰ ਬੈਠੇ ਇਕਲਾ ਧਿਆਨ ਤਰ ਤੂੰ ਮਿਲੇ ਨਿਸ਼ਾਨੀ ਸ਼ਬਦ ਕੀ ਤਜਾਲ ਸੇ ਨਿੰਦਰਾ ਕਹਲੀ ਤੂੰ ਲਗਨ ਲਗਾ ਲੇ ਸ਼ਬਦ ਕੀ ਹੁਣ ਆਪ ਕਹਿੰਦੇ ਆ ਜਦ ਸ਼ਬਦ ਨਾਮ ਮਿਲ ਗਿਆ ਹੈ ਫਿਰ ਸਾਨੂੰ ਇਸ ਦੀ ਰਿਸਰਚ ਕਿਹ ਖੋਜ ਕਰਨੀ ਚਾਹੀਦੀ ਹੈ ਜੋ ਸਤਿਗੁਰੂ ਸਾਨੂੰ ਦੱਸਦਾ ਹੈ ਕਿ ਇਹਨਾਂ ਚੀਜ਼ਾਂ ਦਾ ਪ੍ਰਿਆ ਪ੍ਰੇਰਿਤ ਕਰਨਾ ਹੈ ਇਸ ਤਰ੍ਹਾਂ ਤੁਸੀਂ ਅਭਿਆਸ ਕਰਨਾ ਹੈ ਫਿਰ ਸਾਨੂੰ ਕੀ ਹੈ ਆਲਸ ਛੱਡ ਦੇਣਾ ਚਾਹੀਦਾ ਹੈ ਨੀਂਦ ਜਿਹੜੀ ਹੈ ਉਸ ਦੇ ਉੱਤੇ ਵੀ ਸਾਨੂੰ ਕਾਬੂ ਪਾਉਣਾ ਚਾਹੀਦਾ ਹੈ ਔਰ ਜਦੋਂ ਅਸੀਂ ਅਭਿਆਸ ਤੇ ਬੈਠਦੇ ਹਾਂ ਦੋ ਚਾਰ ਦਿਨ ਬੈਠਦੇ ਹਾਂ ਫਿਰ ਸਾਡੇ ਅੰਦਰ ਮਨ ਜਿਹੜੀ ਜਿਹੜਾ ਹੈ ਇਹ ਕਾਲੀ ਪੈਦਾ ਕਰਦਾ ਹੈ ਕਹਿੰਦਾ ਲੈ ਤੈਨੂੰ ਚਾਰ ਦਿਨ ਹੋ ਗਏ ਅਭਿਆਸ ਕਰਦੇ ਨੂੰ ਪੜਦਾ ਤੇਰਾ ਜੇ ਖੁੱਲਿਆ ਨਹੀਂਗਾ ਤੇ ਇਸ ਵਾਸਤੇ ਆਪ ਕਹਿਣ ਲੱਗੇ ਇਹ ਜਦੋਂ ਕਾਲੀ ਕਰਦਾ ਹੈ ਉਦੋਂ ਇਸ ਨੂੰ ਸਮਝਾਓ ਜਰਾ ਢੇਰ ਅਭਿਆਸ ਕਰ ਲਾ ਗੁਰੂ ਨਾਨਕ ਸਾਹਿਬ ਕਹਿੰਦੇ ਸਹਿਜ ਪੱਕੇ ਸੋ ਮੀਠਾ ਸੰਤ ਮਹਾਤਮਾ ਸਾਨੂੰ ਦੁਨੀਆ ਦੇ ਕਰਮ ਕਾਂਡ ਦੇ ਵਿੱਚ ਨਹੀਂ ਫਸਾਉਂਦੇਗੇ ਨਾ ਸਾਨੂੰ ਉਹ ਮੂਰਤੀ ਪੂਜਾ ਦੱਸਦੇ ਐ ਨਾ ਪੱਥਰ ਪੂਜਾ ਦੱਸਦੇ ਐ ਨਾ ਕੋਈ ਪੜ ਪੜਾਈ ਦੇ ਵਿੱਚ ਸਾਨੂੰ ਮੋੜ ਜਾਂਦੇ ਐ ਉਹ ਸਾਨੂੰ ਸ਼ਬਦ ਨਾਮ ਦਾ ਹੀ ਗਿਆਨ ਦਿੰਦੇ ਐ ਸੋ ਸੇਵਕ ਦਾ ਵੀ ਧਰਮ ਬਣਦਾ ਹੈ ਕਿ ਉਹ ਸ਼ਬਦ ਨਾਮ ਨੂੰ ਪਾ ਕੇ ਆਲਸ ਨਾ ਕਰੇ ਔਰ ਬੜੇ ਪਿਆਰ ਨਾਲ ਆਪਣਾ ਫਰਜ਼ ਸਮਝੇ ਕਿ ਮੈਂ ਸ਼ਬਦ ਨਾਮ ਦੀ ਕਮਾਈ ਕਰਨੀ ਹੈ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਹੈ ਕਿਉਂਕਿ ਮਹਾਰਾਜ ਹਾਵਣ ਸਿੰਘ ਦੇ ਪਾਸ ਕੁਝ ਸੇਵਾਦਾਰ ਸੇਵਾ ਕਰਦੇ ਸੀਗੇ ਜੇ ਸੇਵਾ ਕਰ ਹਟੇ ਮਹਾਰਾਜ ਦੇਗੇ ਬੇਨਤੀ ਕੀਤੀ ਕਹਿਣ ਲੱਗੇ ਸੱਚੇ ਪਾਤਸ਼ਾ ਸਾਨੂੰ ਬਿਨਾਂ ਭਜਨ ਪਾਰ ਕਰਦੇ ਹੋ ਮਹਾਰਾਜ ਬੜੇ ਕੜਕ ਕੇ ਬੋਲੇ ਕਹਿਣ ਲੱਗੇ ਨਹੀਂ ਤੁਹਾਡਾ ਕੰਮ ਤੁਸੀਂ ਕਰਨਾ ਹੈ ਚਾਹੇ ਇਸ ਜਨਮ ਕਰੋ ਚਾਹੇ ਦੂਸਰੇ ਕਰੋ ਜਿੱਥੋਂ ਛੱਡੋਂਗੇ ਉੱਥੋਂ ਤੁਹਾਨੂੰ ਫੇਰ ਸ਼ੁਰੂ ਕਰਨਾ ਪਏਗਾ ਸਤਿਗੁਰੂ ਦਾ ਕੰਮ ਹੈ ਨਾਮ ਦੇਣਾ ਸੇਵਕ ਦਾ ਕੰਮ ਹੈ ਨਾਮ ਦੀ ਕਮਾਈ ਕਰਨਾ ਗੁਰੂ ਦਾ ਫਰਜ਼ ਬਣਦਾ ਹੈ ਫਿਰ ਉਹ ਆਪਦੀ ਮਦਦ ਕਰਦਾ ਹੈ ਕੋਈ ਵੀ ਸੇਵਕ ਨਾਮ ਦੀ ਕਮਾਈ ਕਰਕੇ ਦੇਖੇ ਅੰਦਰ ਜਾਏ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਕਿਸ ਤਰ੍ਹਾਂ ਮਦਦ ਵਾਸਤੇ ਤਿਆਰ ਆ ਔਰ ਕਿਸ ਤਰ੍ਹਾਂ ਮਦਦ ਕਰਦਾ ਹੈ ਮੈਂ ਸ਼ਾਬਦ ਸ਼ਾਬਦ ਬਹੁਤਕ ਕਹਾ ਕੋਈ ਨਾ ਮਾਨੇ ਸ਼ਬਦ ਕੀ ਜਨਮ ਅਕਰਤ ਖੋਦਿਆ ਜੋ ਚੜੇ ਨਾ ਕਾਟੀ ਸ਼ਬਦ ਕੀ ਰਾਦਾ ਸਵਾਮੀ ਕਹਿ ਕਹ ਚੁੱਪ ਹੋਏ ਬੇਨ ਭਾਗਨ ਤਾਰਾ ਸ਼ਵਦ ਕੀ ਆਪ ਕਹਿੰਦੇ ਆ ਕਿ 84 ਲੱਖ ਜੀਆ ਜੂਨ ਭੁਗਤਣ ਤੋਂ ਬਾਅਦ ਪ੍ਰਮਾਤਮਾ ਨੇ ਮਿਹਰ ਕਰਕੇ ਸਾਨੂੰ ਮੌਕਾ ਦਿੱਤਾ ਸੀਗਾ ਇਨਸਾਨ ਦੇ ਜਾਮੇ ਦੇ ਵਿੱਚ ਅਗਰ ਇਨਸਾਨ ਦੇ ਜਾਮੇ ਦੇ ਵਿੱਚ ਆ ਕੇ ਅਸੀਂ ਸ਼ਬਦ ਦੀ ਧਾਰ ਆਪ ਦੇ ਅੰਦਰ ਪ੍ਰਗਟਨਾ ਕੀਤੀ ਔਰ ਆਤਮਾ ਨੂੰ ਉਸ ਧਾਰ ਦੇ ਉੱਪਰ ਸਵਾਰ ਨਾ ਕੀਤਾ ਕਹਿਣ ਲੱਗੇ ਕਿ ਅਸੀਂ ਜਿਹੜਾ ਜਨਮ ਪ੍ਰਮਾਤਮਾ ਨੇ ਮਿਹਰ ਕਰਕੇ ਸਾਨੂੰ ਦਿੱਤਾ ਸੀਗਾ ਉਹਨੂੰ ਅਸੀਂ ਗਵਾ ਜਾਣੇ ਹੈ ਮੁੜ ਕੇ ਪਤਾ ਨਹੀਂ ਇਹ ਮੌਕਾ ਹੱਥ ਚਾਵੇ ਜਾਂ ਨਾ ਹੀ ਆਵੇ ਸੋ ਸੁਆਮੀ ਜੀ ਮਹਾਰਾਜ ਨੇ ਛੋਟੇ ਜਿਹੇ ਸ਼ਬਦ ਦੇ ਅੰਦਰ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਜੋ ਦੁਨੀਆ ਨੂੰ ਪਾਲਦੀ ਹੈ ਰੋਤਪਤ ਕਰਦੀ ਹੈ ਉਹ ਸ਼ਬਦ ਹੈ ਤਾਕਤ ਆਪ ਕਾਇਨ ਲਗੇ ਕਿ ਉਹ ਪਾਗਾ ਵਾਲਿਆਂ ਨੂੰ ਸ਼ਬਦ ਮਿਲਦਾ ਹੈ ਉਹ ਉਦੋਂ ਵੀ ਪਾਗਾ ਵਾਲੇ ਹੈ ਕਿ ਜਿਹੜੇ ਉਹ ਸ਼ਬਦ ਨਾਮ ਦੀ ਕਮਾਈ ਕਰਦੇ ਆ ਅਗਰ ਅਸੀਂ ਸ਼ਬਦ ਨਾਮ ਦੀ ਕਮਾਈ ਨਹੀਂ ਕਰਦੇਗੇ ਜੋ ਪਰਮਾਤਮਾ ਨੇ ਮਿਹਰ ਕਰਕੇ ਸਾਨੂੰ ਇਨਸਾਨ ਦਾ ਜਾਬਨ ਦਿੱਤਾ ਹੈ ਅਸੇ ਉਸ ਨੂੰ ਖੋ ਜਾਨੇ ਆਬ ਜਿਹੜੀ ਹੁਣ ਦੀ ਸਾਡੀ ਚੂਕ ਹੈ ਇਹ ਮਾਫ ਨਹੀਂ ਹੋ ਸਕਦੀਗੀ ਸੋ ਇਸ ਵਾਸਤੇ ਸਾਨੂੰ ਵੀ ਚਾਹੀਦਾ ਹੈ ਕਿ ਸਵਾਮੀ ਜੀ ਦੇ ਕਹਿਣ ਦੇ ਮੁਤਾਬਕ ਸ਼ਬਦਨਾਮ ਦੀ ਕਮਾਈ ਕਰੀਏ ਆਪਣੇ ਜੀਵਨ ਨੂੰ ਸਫਲ ਬਣਾਈਏ ਉਹ ਬੜੇ ਉੱਚੇ ਪਹਾੜਾਂ ਵਾਲੇ ਹੈ ਜਿਨ੍ਹਾਂ ਨੂੰ ਸ਼ਬਦ ਸਰੂਪੇ ਸ਼ਬਦ ਵਿਆਸੀ ਮਹਾਤਮਾ ਮਿਲ ਜਾਂਦੇ ਹੈ